ਤਾਂ ਇੱਕ ਲਹਿਰ ਚਲੂਗੀ ਮੰਦੜੀ ਜੀ, ਘਰ ਘਰ ਮਾਂ ਨੱਚੂਗੀ ਕੰਜਰੀ ਜੀ, ਕਾ ਬਾਪੂ ਬੈਠੂਗਾ ਲਗਾ ਕੇ ਮੰਡਲੀ ਜੀ, ਕਾ ਉੱਤੀ ਬੈਠੂਗੀ ਰੰਨ ਰਕਾਨ ਜੀ, ਐਸਾ ਜ਼ਮਾਨਾ ਆਉਣਾ ਧੀ ਬਾਪ ਨੂੰ ਖਲਾਊ ਪਾਣ ਜੀ, ਕਾ ਕਹਿ ਜਾ ਬਾਤ ਕਰਾਰੀ ਉੱਤ ਬਾਪ ਕੀ ਪੱਟੂਗੇ ਦਾੜੀ, ਕਾ ਪਤੀ ਟੋਲੂਗੇ ਆਪ ਕੁਆਰੀ, ਹੋਊਗਾ ਕੰਮ ਬਰਾਨ ਜੀ, ਐਸਾ ਜ਼ਮਾਨਾ ਆਉਣਾ ਧੀ ਬਾਪ ਨੂੰ ਖਲਾਊ ਪਾਣ ਜੀ, ਕਾ ਵੇਦ ਵਿਆਸ ਸਲੋਕ ਕੇ ਵਿੱਚ ਲਿਖ ਕੇ ਕਲਯੁਗ ਪਹਿਰੇ ਕੀ ਦੱਸਾਂ ਨਿਸ਼ਾਨੀਆਂ ਜੀ, ਖੋਟੇ ਕਰਮਾਂ ਕਾ ਹੋਊਗਾ ਬਸ ਜ਼ਿਆਦਾ, ਲਾ ਕੇ ਅਦਾਲਤਾਂ ਬੈਠੂ ਜਨਾਨੀਆਂ ਜੀ, ਇਹ ਉਸ ਸਮੇਂ ਕੀ ਬਾਤ ਹੈ ਜਿਸ ਸਮੇਂ ਧੀ ਬਹੂ ਭੈਣ ਪੜਦੇ ਗੇ ਵਿੱਚ ਦੀ, ਵੀ ਇਹ ਪੜਦਾ ਚੱਕਿਆ ਜਾਣਾ, ਐਸਾ ਕਲਯੁਗ ਆ ਜਾਣਾ ਜਿੱਥੇ ਪਹਿਲਾਂ ਹੀ ਡਰ ਲੱਗ ਰਿਹਾ, ਕਾ ਕੋਈ ਚੀਜ਼ ਨੀ ਪੜਦੇ ਗੇ ਵਿੱਚ ਰਹਿਣੀ, ਦੂਰ ਦੂਰ ਤੇ ਵੱਜੂਗੇ ਕਾਨੀਆਂ ਜੀ ਆ ਮੋਬਾਈਲ ਫੋਨ, ਤੁਸੀਂ ਹੁਣ ਗੈਰ ਕੀ ਗੱਲ ਰਿਕਾਰਡ ਕਰ ਰਹੇ, ਕਿੱਥੇ ਦੇ ਕਿੱਥੇ ਪਹੁੰਚਣੀਆਂ ਗੱਲਾਂ, ਫੇਸ ਟੂ ਫੇਸ ਗੱਲਾਂ ਅਮਰੀਕਾ ਅਫਰੀਕਾ ਦੇ ਵਿੱਚ ਹੋ ਰਹੀਆਂ ਅੱਜ ਕੱਲ, ਉਹ ਕੋਈ ਪੜਦੇ ਨੀਗੇ ਵਿੱਚ ਹੈਗਾ, ਇਹ ਕਾਨੀਆਂ ਕਹਿੰਦੇ ਵੀ ਕਾਨੀਆਂ ਵੱਜਣੀਆਂ, ਦੂਰ ਦੂਰ ਤੇ ਵੱਜੂਗੇ ਕਾਨੀਆਂ ਜੀ, ਕਾ 11 ਸਾਲ ਕੀ ਗੋਦੀ ਖਲਾਊ ਨਿਆਣਾ, 18 ਸਾਲ ਕੀ ਬਣੂਗੇ ਨਾਨੀਆਂ ਜੀ, ਕਾ ਧੀ ਬਾਪ ਕੇ ਘਰਾਂ ਸੰਗਾਰ ਲਾ ਕੇ ਅੱਖਾਂ ਕਰਕੇ ਬੈਠੂ ਮਸਤਾਨੀਆਂ ਜੀ, ਆਸਾ ਰਾਮ ਨਾ ਰਹਿਣਾ ਧਰਮ ਕੋਈ ਪੁੱਤ ਬਾਪਾਂ ਕੀ ਕਰੂੰ ਬਦਨਾਮੀਆਂ ਜੀ, ਕਹਾ ਪੁੱਤ ਨਾ ਆਪਣੇ ਬੱਚੇ ਆਪਣੇ ਬਾਪ ਕੀ ਬਦਖੋਈ ਕਰੇ ਕਰੂੰਗੇ, ਆਪਣੇ ਬਾਪ ਕੀ ਬਦਨਾਮੀ ਕਰੇ ਕਰੂੰਗੇ, ਐਸਾ ਜ਼ਮਾਨਾ ਆ ਜਾਣਾ ਧੀਆਂ ਆਪਣੇ ਬਾਪ ਕੇ ਘਰਾਂ ਸ਼ਿੰਗਾਰ ਲਾ ਕੇ ਅੱਖਾਂ, ਤਾਂ ਜੋ ਭਗਤ ਨੇ ਦੱਸੀਆਂ ਗੱਲਾਂ ਇਹ, ਕਾ ਚੌਥੇ ਯੁੱਗ ਨੇ ਆਣ ਕੇ ਪੈਰ ਧਰਨਾ, ਤੇ ਚੌਥਾ ਯੁੱਗ ਕਿਹਾ ਕਲਯੁੱਗ ਨੂੰ, ਸੱਤ ਯੁੱਗ ਤ੍ਰੇਤਾ ਦੁਆਪਰ ਕਲਯੁੱਗ, ਚੌਥੇ ਯੁੱਗ ਨੇ ਆਣ ਕੇ ਪੈਰ ਧਰਨਾ, ਨਾਰਾਂ ਭਰਥਿਆਂ ਨੂੰ ਛੋੜ ਕੇ ਕਰੂ ਤਿਆਰੀ, ਭਲੀ ਮਾਨਸਾ ਅੰਦਰ ਤੇ ਅੰਦਰ ਬੈਠੇ ਉਗਣ ਹਾਰੀਆਂ ਬਾਹਰ ਨੂੰ ਮਾਰੇ ਡਾਰੀ, ਕਾ ਪੰਡਿਤ ਛੱਡ ਦੂੰਗੇ ਵੇਦ ਕੇ ਬਾਂਚਣੇ ਨੂੰ, ਘਰ ਮਾਂ ਕੰਜਰੀ ਰੱਖੂਗੇ ਕਰਕੇ ਪਿਆਰੀ, ਕੰਜਰੀ ਕਸ ਦੂੰਗੇ ਟੀ ਵੀ ਨੂੰ, ਕਾ ਇੱਕ ਸੀਸਾ ਬੋਲੇ ਕਰੂਗਾ ਭਾਈ ਸਾਰਾ ਟੱਬਰੂਗੇ ਮੂਹਰੇ ਬੈਠਾ ਹੋਏ ਕਰੂਗਾ, ਨਾ ਧੀ ਨੂੰ ਸ਼ਰਮ ਰਹਿਣੀ ਨਾ ਬਾਪ ਨੂੰ ਸ਼ਰਮ ਰਹਿਣੀ, ਸੀਸਾ ਬੋਲੇ ਕਰੂਗਾ, ਤਾਂ ਅੱਜ ਜਿਸ ਕਰਕੇ ਵੀ ਟੀ ਵੀ ਨਹੀਂ ਹੈ, ਮੋਬਾਈਲ ਨਹੀਂ ਹੈ, ਉਹ ਘਰ ਨਹੀਂ ਹੈ, ਜਿਸ ਬੱਚੇ ਕੋਲ ਮੋਬਾਈਲ ਹੀ ਨਹੀਂ ਉਹ ਬੱਚਾ ਹੀ ਨਹੀਂ ਹੈ, ਐਸਾ ਯੁੱਗ ਆਇਆ ਅੱਜ, ਤਾਂ ਪੰਡਿਤ ਨੇ ਜਿਹੜੇ ਪੰਡਿਤ ਕਹੇ ਵਿੱਦਿਆ ਨੇ ਵਿੱਦਿਆ ਇਹਨਾਂ ਦੇ ਪਾਸ ਤੇ ਚਲੀ ਜਾਣੀ, ਕਿਹਨਾਂ ਕਹੇ ਪਾਸ ਚਲੀ ਜਾਣੀ, ਜਿਹਨਾਂ ਜੋ ਤੁਸੀਂ ਕਮੀਣ ਕਹਿ ਰਹੇ, ਜਿਹਨਾਂ ਨੂੰ ਤੁਸੀਂ ਸੂਦਰ ਕਹਿ ਰਹੇ, ਜਿਹਨਾਂ ਨੂੰ ਤੁਸੀਂ ਨੀਚ ਕਹਿ ਰਹੇ, ਉਹਨਾਂ ਕੇ ਘਰਾਂ ਵਾਸਤਾ ਹੋ ਜਾਣਾ ਇਹਨਾਂ ਕਾ ਜਾ ਕੇ, ਪੰਡਿਤ ਛੱਡ ਦੂੰਗੇ ਵੇਦ ਕੇ ਬਾਂਚਣੇ ਨੂੰ, ਘਰ ਮਾਂ ਕੰਜਰੀ ਰੱਖੂਗੇ ਕਰਕੇ ਪਿਆਰੀ, ਬਾਸਾ ਵੇਦ ਕਾ ਨੀਚ ਕੇ ਘਰ ਹੋਣਾ, ਬਾਂਚ ਬਾਂਚ ਕੇ ਹੋਊਗੇ ਕਲਾ ਧਾਰੀ, ਇਹਨਾਂ ਬੂਟੀਆਂ ਕੀ ਸੱਤਿਆ ਹਾਰ ਜੂਗੀ, ਜਿਹੜੀ ਜੜੀ ਬੂਟੀਆਂ ਇਹਨਾਂ ਬੂਟੀਆਂ ਕੀ ਸੱਤਿਆ ਹਾਰ ਜੂਗੀ, ਰੋਗ ਲਗੂਗੇ ਬਿੰਦ ਪਰ ਬਿੰਦ ਭਾਰੀ, ਆਸਾ ਰਾਮ ਕਹਿੰਦਾ ਕਲੂ ਬੀਤਣਾ ਧੰਨ ਪੁਰਸ ਜਿਹੜੇ ਕੱਟੂ ਉਮਰ ਸਾਰੀ, ਕਾ ਧੰਨ ਉਹਨਾਂ ਪੁਰਸਾਂ ਨੂੰ ਜਿਹੜੇ ਆਪਣੇ ਕਲਯੁੱਗ ਕੇ ਸਮੇਂ ਵਿੱਚ ਆਪਣੀ ਉਮਰ ਬਤੀਤ ਕਰੂੰਗੇ, ਐਸਾ ਕਲਯੁੱਗ ਘੋਰ ਅੰਧਾਰ ਕਲਯੁੱਗ ਹੋਣਾ, 432,400 ਵਾਰ ਜੋ ਕਲਯੁੱਗ ਕੀ ਦੱਸੀ ਹੈ, ਜਿਸ ਕੇ ਵਿੱਚ ਅਜੇ ਕੁਛ ਵੀ ਨਹੀਂ ਲਿਖਿਆ, ਇਹਦਾ ਪੈਰੇ ਧਰਿਆ ਉਸਨੇ, ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਜੀ, ਜਿੱਦਾਂ ਵੀ ਸ਼ੀਸ਼ਾ ਬੋਲਿਆ ਕਰੂਗਾ ਸਾਰਾ ਕੁਛ ਲਿਖਿਆ ਹੋਇਆ, ਉਸ ਟਾਈਮ ਠੀਕ ਕੇ ਇਹ ਬਾਬੇ ਲਿਖਿਆ ਹੋਇਆ ਕਿਤੇ ਪਿਆ ਉਹ, ਅੱਛਾ ਜੀ ਮੇਰੇ ਕੋਲ ਲਿਖਿਆ ਵਾ ਭਗਤ ਆਸਾ ਰਾਮ ਜੀ ਦਾ ਸਬੂਤ ਹੈ ਮੇਰੇ ਪਾ, ਉਹਨਾਂ ਕੀ ਲਿਖਤਾ ਕੀ, ਅੱਛਾ ਜੀ ਹਾਂ ਮੈਂ ਦਊਂਗਾ ਸਬੂਤ ਮੇਰੇ ਪਾ ਪਿਆ, ਠੀਕ ਹੈ ਠੀਕ ਕਿਸੇ ਪਾ ਨਹੀਂ ਹੈ ਮੇਰੇ ਪਾ ਪਿਆ ਉਹ, ਮੈਂ ਦਊਂਗਾ ਲਿਖਿਆ, ਕਿਉਂਕਿ ਇਹ ਜਿਹੜੀ ਛੰਦਾਬੰਦੀ ਵੀ ਕੀਤੀ ਆ ਵੀ ਬੜੀ ਬਾਕਮਾਲ ਹੈ, ਦੇਖੋ ਇੱਕ ਇੱਕ ਪੂਰੀ ਲੈ ਵਿੱਚ ਚੱਲਦਾ ਹੈ, ਐਂ ਨਹੀਂ ਕਿ ਉਹ ਲਿਖਿਆ ਹੋਇਆ ਤੋੜ ਮਰੋੜ ਕੇ, ਪੂਰੀ ਲੈ ਬਣੀ ਹੋਈ ਹੈ ਨਾ, ਇੱਕ ਬੰਦਾ ਤਾਂ ਬਿਲਕੁਲ ਇੱਕ ਹਰੀ ਚੰਦਰ ਦਾ ਚਿੱਠਾ ਹੋ ਗਿਆ ਵਿੱਚ ਭਗਤ ਕਿਆ ਲਿਖ ਰਿਹਾ, ਕਾ ਹਰੀ ਚੰਦ ਦੇ ਲਾਗ ਨੂੰ ਸੁਣੋ ਹੋਰ ਕਹਾਣੀ ਜੀ, ਆ ਖੋਟਾ ਕਲਯੁਗ ਬੀਤਣਾ ਭੈਣ ਬਣੂਗੀ ਰਾਣੀ ਜੀ, ਕਹਾ ਜਿਸ ਦਿਨ ਪ੍ਰਿਥਵੀ ਸਾਜ ਲਈ ਐਸੀ ਕਲਮ ਬਗਾਈ ਹੈ, ਐਸਾ ਕਲਯੁਗ ਬੀਤਣਾ ਭੈਣ ਬਣੂਗੀ ਲਗਾਈ ਹੈ, ਇਹ ਰਾਜੇ ਜੰਮ ਕੀ ਕਥਾ ਗਈ, ਠੀਕ ਹੈ ਨਾ, ਫਿਰ ਰਾਜਾ ਜੰਮ ਆਪਣੀ ਕਿਉਂਕਿ ਭੈਣ ਨੂੰ ਜੰਮ ਨੂੰ ਕਹਿ ਰਹੀ ਮੈਨੂੰ ਵਰ ਲੈ, ਅੱਛਾ ਜੀ ਮੈਂ ਤੇਰੇ ਕੋਲ ਭੋਗ ਕਰਨਾ ਮੈਨੂੰ ਵਰ, ਠੀਕ ਉਹ ਭੈਣ ਕਹਾ ਵੀ ਇਹ ਸਮਾਂ ਹੁਣ ਨਹੀਂ ਹੈ, ਇਹ ਕਲਯੁਗ ਕੇ ਸਮੇਂ ਮਾਂ ਕੇ ਹੋਊਗੇ ਚਾਣ ਸੇ, ਇਹ ਕਥਾ ਦੇ ਵਿੱਚ ਸਾਰਾ ਕੁਝ ਦੱਸਿਆ ਵਾ ਭਗਤਾਂ ਨੇ, ਠੀਕ ਹੈ ਨਾ, ਆਉਣ ਜਾਣ ਬਾਰੇ ਵੀ ਸਾਰਾ ਕੁਝ ਦੱਸਿਆ ਭਗਤਾਂ ਨੇ, ਜੇ ਉਹ ਲਿਖ ਕੇ ਤਾਂ ਅੱਗੇ ਸਾਨੂੰ ਉਹਨਾਂ ਕੇ ਚੇਲੇ ਉਹਨਾਂ ਕੇ ਸਗਿਰਦ ਇਸ ਖਜ਼ਾਨੇ ਨੂੰ ਸਾਂਭ ਕੇ ਜਹੇਦਰ ਬਾਬਾ ਗੁਰਦੇਵ ਸਿੰਘ ਜੀ ਸਾਨੂੰ ਸਾਂਭ ਕੇ ਦੇ ਕੇ ਗਏ, ਜਿਵੇਂ ਅਸੀਂ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ, ਤਾਂ ਕਰਕੇ ਉਹਨਾਂ ਦੀ ਕਮਾਈ ਹੈਗੀ, ਨਹੀਂ ਜੇ ਉਹ ਨਾ ਲਿਖਤ ਕਰਾਉਂਦੇ ਨਾ ਸਾਡੇ ਕੋਲ ਸੰਭਵ ਹੁੰਦਾ ਤਾਂ ਅੱਜ ਉਹ ਚੀਜ਼ ਸਾਨੂੰ ਨਾ ਮਿਲਦੀ, ਬਿਲਕੁਲ ਜੀ, ਕਾ ਚੌਥੇ ਜੁਗਣੇ ਆਣ ਕੇ ਪੈਰ ਧਰਨਾ, ਲੋਕ ਕਰੂੰਗੇ ਗੱਲਾਂ ਨਕਾਰੀਆਂ ਜੀ ਜਿਹਨਾਂ ਕੋ ਕੋਈ ਅਰਥ ਹੀ ਨਹੀਂ ਹੋਣਾ, ਕਾ ਬਾਪ ਪੁੱਤ ਕੇ ਹੋਊਗੇ ਬਹੁਤ ਝਗੜੇ ਕਰਕੇ ਰੱਖੂਗੇ ਰੰਨਾ ਪਿਆਰੀਆਂ ਜੀ, ਕਾ ਸੱਸ ਬਹੂਗਾ ਕੋਈ ਨਹੀਂ ਭੇਤ ਚੱਲਣਾ ਹੋਰ ਚਿਮੜੂ ਕਈ ਬਿਮਾਰੀਆਂ ਜੀ,
ਦਾਤੀ ਬਾਪ ਕੇ ਘਰਾਂ ਸ਼ਿੰਗਾਰ ਲਾ ਕੇ ਪਤੀ ਟੋਲੂਗੇ ਆਪ ਕੁਵਾਰੀਆਂ ਜੀ ਆਸਾ ਰਾਮ ਨਾ ਕਿਸੇ ਕੀ ਪੇਸ਼ ਜਾਣੀ ਕਲੂ ਕਾਲ ਨੇ ਮੱਤਾਂ ਜੋ ਮਾਰੀਆਂ ਜੀ ਕਿਆ ਬਾਤ ਹਾਂਜੀ ਐਸਾ ਮਹਾਰਾ ਭਗਤ ਜੀ ਨੇ ਤਾਂ ਪਹਿਲਾਂ ਹੀ ਦੱਸ ਕੇ ਸਾਰਾ ਕੁਝ ਤਾਂ ਹੀ ਉਹਨਾਂ ਨੂੰ ਅੱਜ ਪੂਜ ਰਿਹਾ ਜੱਗ ਨਹੀਂ ਕੌਣ ਕਿਸੇ ਨੂੰ ਯਾਦ ਕਰਾ ਦੁਨੀਆ ਮਰ ਰਹੀ ਹੈ ਦੁਨੀਆ ਜੰਮ ਰਹੀ ਹੈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਜੋ ਚੰਗਾ ਕੰਮ ਕਰਮ ਕਰਕੇ ਜਾਊਗਾ ਨਾ ਤਾਂ ਉਹਨੂੰ ਦੁਨੀਆ ਯਾਦ ਕਰਦੀ ਹੈ ਜੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੋਈ ਚੰਗਾ ਕਰਮ ਕਰਿਆ ਤਾਂ ਅੱਜ ਉਹ ਸੰਗਤਾਂ ਦਾ ਹੜ ਆਇਆ ਵਾ ਤਾਂ ਅੱਜ ਸੰਗਤਾਂ ਬੈਠੀਆਂ ਉਹ ਜੇ ਉਹ ਕਰਮ ਨਾ ਕਰਕੇ ਜਾਂਦੇ ਹੋ ਕੋਈ ਮਾੜਾ ਕਰਮ ਕਰ ਦੁਨੀਆ ਕੋਈ ਉਹ ਚੋਰ ਠੱਗੀ ਥੋੜਾ ਕਰਕੇ ਗਿਆ ਕਤਲ ਕਰਕੇ ਗਿਆ ਕੋਈ ਬਲੰਤਕਾਰ ਕਰਕੇ ਗਿਆ ਸਾਧ ਮੰਗੋ ਉਹਨੇ ਸੂਰਮਗਤੀ ਵਾਲਾ ਕੰਮ ਕਰਿਆ ਉਹਨੇ ਸੂਰਮਿਆਂ ਨੇ ਤਾਂ ਉਹਨਾਂ ਦੇ ਪਿੱਛੇ ਜਨਤਾ ਖੜੀ ਹੈ ਤਾਂ ਉਹਨਾਂ ਦੇ ਪਿੱਛੇ ਪੰਜਾਬ ਖੜਿਆ ਅੱਜ ਤਾਂ ਇਹ ਸਰਕਾਰਾਂ ਸਦਾ ਹੀ ਸਾਨੂੰ ਗੁਲਾਮ ਸਮਝਦੀਆਂ ਆਈਆਂ ਸਦਾ ਗੁਲਾਮ ਹੈ ਜਦ ਤੱਕ ਸਾਡਾ ਰਾਜ ਨਹੀਂ ਹੈ ਸਾਡਾ ਤੇਜ ਨਹੀਂ ਹੈ ਠੀਕ ਹੈ ਨਾ ਇਹ ਇਹਨਾਂ ਦੇ ਹੱਥ ਅਸੀਂ ਇਹਨਾਂ ਨੂੰ ਵੋਟਾਂ ਦੇ ਰਹੇ ਹਾਂ ਇਹਨਾਂ ਨੂੰ ਫੋਲੋ ਕਰ ਰਹੇ ਵੀ ਅਸੀਂ ਤੁਹਾਨੂੰ ਮੰਨਦੇ ਹਾਂ ਬਾਈ ਤੁਸੀਂ ਸਾਡੀ ਵੀ ਸੁਣੋ ਪਰ ਨਾ ਵੋਟਾਂ ਲੈਣ ਵੇਲੇ ਤਾਂ ਬਹੁਤ ਹੱਥ ਜੋੜਾਂਗੇ ਥੱਲੇ ਆ ਕੇ ਠੀਕ ਹੈ ਨਾ ਜਾਂ ਵੋਟਾਂ ਲੈ ਲਈਆਂ ਫਿਰ ਮੈਂ ਕੌਣ ਤੂੰ ਕੌਣ ਫਿਰ ਤਾਂ ਮਿਲਣੇ ਨਹੀਂ ਜਾ ਸਕਦੇ ਆਪਾਂ ਦੇਖਣ ਨੂੰ ਉਰਾ ਕੁਲਵੰਤ ਹੈ ਮਹਾਰਾ MLA ਜੇ ਮੈਂ ਮਿਲਣ ਚਲ ਜਾ ਉਹਨੂੰ ਕਦੀ ਵੀ ਨਹੀਂ ਦਸ ਖੜੇ ਉਹਦੇ ਪਹਿਲਾਂ ਬਿੱਲੀ ਆਊਗੀ ਕਿਸ ਤਰ੍ਹਾਂ ਦੀ ਕਹਾਵਤ ਇਹ ਕੋਈ ਮਿਲਣ ਜਾਂ ਇਹਨਾਂ ਨੂੰ ਮਿਲਣ ਗਏ ਨਾ ਪਹਿਲਾਂ ਭੌਂਕਿਆ ਕੁੱਤਾ ਮਗਰੋਂ ਭੌਂਕੀ ਬਿੱਲੀ ਫਿਰ ਅੱਗੇ ਤੇ ਜਵਾਬ ਕਹੇਗਾ ਸਾਹਿਬ ਗਏ ਵੇ ਦਿੱਲੀ ਠੀਕ ਹੈ ਨਾ ਉਹਦੇ ਅੱਗੇ ਤੇ ਜਵਾਬ ਹੀ ਆਵਾ ਵੀ ਸਾਹਿਬ ਤਾਂ ਦਿੱਲੀ ਬੈਠੇ ਉਰੇ ਨਹੀਂ ਹੈ ਭਗਵੰਤ ਮਾਨ ਰੋਜ਼ ਉਰੀ ਫਿਰ ਰਿਹਾ ਉਰੇ ਨਾ ਆ ਗਿਆ ਉਹ ਉਹਨੂੰ ਨੀ ਦਿਖਦੇ ਪੰਜਾਬ ਕੇ 92 MLA ਬਣਾਏ ਹੈ ਉਹ ਲੋਕਾਂ ਨੇ ਬਣਾਏ ਹੈ ਪਰ ਅੱਜ ਨੂੰ ਭਗਵੰਤ ਮਾਨ ਨੂੰ ਅੱਜ ਉਰਾ ਆ ਕੇ ਇਹਨਾਂ ਦੁਖੀਆਂ ਦੀ ਵੀ ਫਰਿਆਦ ਸੁਣਨੀ ਚਾਹੀਦੀ ਹੈ ਉਰਾ ਕੋਈ ਡਕੈਤ ਤਾਂ ਨੀ ਬੈਠੇ ਪੁਆਧ ਇਲਾਕੇ ਦੀ ਸੰਗਤ ਸਾਰੀ ਬੈਠੀ ਆਈ ਵੀ ਸਾਰਾ ਇਲਾਕਾ ਪੰਜਾਬ ਦੂਰ ਦੂਰ ਤੇ 3-3, 4-4 ਸੌ ਕਿਲੋਮੀਟਰ ਦੇ ਟਰਾਲੀਆਂ ਆ ਕੇ ਖੜ ਗਈਆਂ ਜੇ ਉਹਨਾਂ ਨੂੰ ਹਮਦਰਦੀ ਹੈ ਭਾਈ ਉਹ ਬੱਚਿਆਂ ਗੱਲ ਤਾਂ ਹੀ ਹੈ ਜੇ ਉਹਨਾਂ ਨੇ ਸਾਡੇ ਵਾਸਤੇ ਗੁੱਸਾ ਕਰਿਆ ਤਾਂ ਇਹੀ ਮੇਰੇ ਤਾਂ ਇਹੀ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਭਾਈ ਹੁਮ ਹੁਮ ਆ ਕੇ ਇੱਥੇ ਪਹੁੰਚੋ ਤੇ ਇਸ ਮੋਰਚੇ ਨੂੰ ਆਪਾਂ ਸਫਲ ਬਣਾਈਏ ਪੁਆਧ ਇਲਾਕੇ ਦੀ ਸਰਨ ਕੇ ਵਿੱਚ ਇਹ ਮੋਰਚਾ ਲੱਗਿਆ ਵਾ ਤਾਂ ਆਪਾਂ ਇਹਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਈਏ ਤਾਂ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਹੋ ਜਾਵੇ ਫਤਿਹ।